ਇਹ ਤਸਵੀਰਾਂ ਨੇ ਜਲੰਧਰ ਦੇ ਪੱਕਾ ਬਾਗ ਇਲਾਕੇ 'ਚ ਪੈਂਦੇ ਘਰ ਦੀਆਂ, ਜਿੱਥੋਂ ਬਾਹਰ ਨਿਕਲਦੀ ਲਾਸ਼ ਦੇਖ ਕੇ ਤੁਸੀਂ ਸਮਝ ਗਏ ਹੋਵੋਗੇ ਕਿ ਇੱਥੇ ਕੋਈ ਵੱਡਾ ਪਾਣਾ ਵਾਪਰ ਗਿਆ। ਜੀ ਹਾਂ, ਜਿਸ ਵਿੱਚ ਲਾਸ਼ ਬਣੀ ਦਿਖਾਈ ਦੇ ਰਹੀ ਇਹ 11 ਸਾਲਾ ਬੱਚੀ ਭੇਦ ਭਰੀ ਹਾਲਤ ਵਿੱਚ ਆਪਣੀ ਜਾਨ ਗੁਆ ਗਈ ਹੈ। ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਮਾਮਲੇ ਦੀ ਜਾਂਚ ਲਈ ਜਲੰਧਰ ਪੁਲਿਸ ਨੇ ਇਸ ਤੰਗ ਗਲੀ ਨੂੰ ਘੇਰਾ ਪਾ ਰੱਖਿਆ, ਜਿਸ ਦੌਰਾਨ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਇਆ ਜਾ ਰਿਹਾ ਹੈ। ਇੱਕ ਨੋਟਿਸ 'ਚ ਆਈ ਸੀਗੀ ਜੀ ਸਾਡੇ ਖਬਰ 'ਚ ਵੀ ਜਿਹੜੀ ਇੱਕ 10 ਸਾਲ ਦੀ ਲੜਕੀ ਹੈ ਜੀ, ਆਪਣੇ ਜਿਹੜੀ ਹੈਗੀ ਉਹਦੀ ਡੈਥ ਹੋਈ ਹੈ ਜੀ, ਜੋ ਲੋਕਾਂ ਨੇ ਜ਼ਾਹਿਰ ਕੀਤਾ ਜੀ ਸ਼ਾਇਦ ਕੋਈ ਭੇਦ ਭਰੇ ਹਾਲਾਤਾਂ 'ਚ ਹੈਗੀ ਹੈ ਜੀ। ਉਹ ਪੁਲਿਸ ਮੌਕੇ 'ਤੇ ਪਹੁੰਚੀ ਹੈ ਜੀ, ਪੇਰੈਂਟਸ ਵੱਲੋਂ ਤਾਂ ਦੱਸਣ ਮੁਤਾਬਕ ਉਹਦੀ ਤਬੀਅਤ ਖਰਾਬ ਹੋਈ ਸੀਗੀ, ਜੋ ਕਿ ਹੋਸਪਿਟਲ ਲੈ ਕੇ ਗਏ ਸੀਗੇ ਜਿੱਥੇ ਉਹਦੀ ਡੈਥ ਹੋ ਗਈ ਹੈ, ਬਲੱਡ ਡਿਕਲੇਅਰਡ ਕੀ ਸੀਗੀ। ਬਾਕੀ ਆਪਾਂ ਫਿਰ ਵੀ ਜਿਹੜੀ ਹੈਗੀ ਆ 174 ਦੀ ਕਾਰਵਾਈ ਕਰਨ ਲੱਗੇ ਹਾਂ ਜੀ। ਉਹ ਘਰ ਹੀ ਸੀਗੀ ਜੀ, ਉਹਨਾਂ ਦੇ ਪੇਰੈਂਟਸ ਦੱਸਣ ਮੁਤਾਬਕ ਘਰ ਹੀ ਸੀ, ਘਰੋਂ ਹੀ ਲੈ ਕੇ ਗਏ ਨੇ ਉਹਦੀ ਮਦਰ ਅਤੇ ਗੁਆਂਢੀਆਂ ਨੂੰ ਨਾਲ ਲਿਜਾ ਕੇ। ਜਿਹ ਤੋਂ ਬਾਅਦ ਉਹਦੀ ਹਾਲਾਤ ਨਹੀਂ ਸੀਗੀ ਜਦੋਂ ਫਿਰ ਸੀਗੀ, ਉਦੋਂ ਬਾਅਦ ਉਹ ਕਰ ਲਿਆ ਸੀਗੇ ਜੀ। ਉਹ ਘਰ ਉਹਦੀ ਮਦਰ ਸੀਗੇ ਜੀ, ਉਹਨਾਂ ਦੇਖਿਆ ਉਹ ਬਾਥਰੂਮ 'ਚ ਗਿਰੀ ਹੋਈ ਸੀਗੀ ਜੀ, ਜਿਸ ਤੋਂ ਬਾਅਦ ਫਿਰ ਉਹਨੂੰ ਲੈ ਕੇ ਗਏ ਜੀ। ਮੁੱਢਲੀਆਂ ਰਿਪੋਰਟਾਂ ਅਨੁਸਾਰ ਇਸ ਚੌਥੀ ਕਲਾਸ 'ਚ ਪੜ੍ਹਦੀ 11 ਸਾਲਾ ਬੱਚੀ ਨੇ ਬਾਥਰੂਮ 'ਚ ਫੰਦਾ ਲਾ ਕੇ ਆਤਮ ਹੱਤਿਆ ਕਰ ਲਈ ਹੈ, ਪਰ ਸੱਚਾਈ ਕੀ ਹੈ ਅੱਜ ਸੁਣੋ ਜ਼ਰਾ ਜਲੰਧਰ ਪੁਲਿਸ ਦੇ SP ਹਰਸਿਮਰਤ ਸਿੰਘ ਛੇਤਰਾ ਕੋਲੋਂ। ਰਾਤ ਦੀ ਗੱਲ ਹੈ ਕਿ ਇਹ ਬਾਥਰੂਮ 'ਚ ਡਿੱਗੀ ਪਈ ਸੀ, ਉੱਥੇ ਹੋਸਪਿਟਲ ਖੜਿਆ, ਹੋਸਪਿਟਲ ਦੋ ਹੋਸਪਿਟਲ ਪਹਿਲਾਂ ਮਿਸ਼ਨ, ਫਿਰ ਇਹਨੂੰ ਦੁਆਬਾ 'ਚ ਖੜਿਆ, ਉੱਥੇ ਇਹਨੂੰ ਜਿਹੜਾ ਡੈਥ ਡਿਕਲੇਅਰ ਕਰਤੀ ਇਹਦੀ। ਇਹਦੇ 'ਚ ਹੁਣ ਅਸੀਂ ਆ ਕੇ ਦੇਖਿਆ ਜੀ, ਸਾਰਾ ਅਸੀਂ ਸਟੇਟਮੈਂਟ ਰਿਕਾਰਡ ਕਰ ਲਈ ਹੈ, ਇਹਦੇ 'ਚ ਆਪਾਂ ਹੁਣ ਪੋਸਟਮਾਰਟਮ ਕਰਾਵਾਂਗੇ। ਘਰ ਵਾਲਿਆਂ ਨੂੰ ਵੀ ਨਹੀਂ ਇਹਦੀ ਪਰੇਸ਼ਾਨੀ ਦਾ ਪਤਾ ਕਿ ਉਹ ਡਿੱਗੀ ਕਿਉਂ ਸੀਗੀ ਉੱਥੇ, ਸੋ ਇਹਦਾ ਪੋਸਟਮਾਰਟਮ ਤੋਂ ਬਾਅਦ ਜਿਹੜਾ ਸਾਰਾ ਪਤਾ ਲੱਗਦਾ। ਦੇਖੋ ਇਹਦੇ ਵਿੱਚ ਕੀ ਹੈ, ਇੱਥੇ ਥੋੜ੍ਹਾ ਇੱਕ ਨਿਸ਼ਾਨ ਜ਼ਰੂਰ ਹੈ, ਲੇਕਿਨ ਉਹ ਜਿੰਨੀ ਦੇਰ ਤੱਕ ਉਹਦੀ ਡਾਕਟਰੀ ਰਿਪੋਰਟ ਨਹੀਂ ਆਉਂਦੀ ਉਹ ਬੜਾ ਜ਼ਿਆਦਾ ਨਹੀਂ ਹੈ, ਇੰਨਾ ਸਟਰੋਂਗ ਨਹੀਂ ਹੈ ਕਿ ਉਹਨਾਂ ਸਟੈਂਗੂਲੇਸ਼ਨ ਜਾਪਦੀ ਹੋਵੇ, ਲੇਕਿਨ ਆਫਟਰ ਐਗਜ਼ਾਮੀਨੇਸ਼ਨ ਜਿਹੜਾ ਕਲੀਅਰ ਹੋ। ਦੱਸਦੀ ਹੈ ਕਿ ਬੱਚੀ ਦਾ ਪਿਤਾ ਟਿਫਨ ਸਰਵਿਸ ਤੇ ਕੇਟਰਿੰਗ ਦਾ ਕੰਮ ਕਰਦਾ ਹੈ ਤੇ ਮਾਂ ਘਰ ਵਿੱਚ ਪਲੇਵੇ ਸਕੂਲ ਚਲਾਉਂਦੀ ਹੈ। ਰਾਤ ਵੇਲੇ ਵਾਪਰੇ ਇਸ ਹਾਦਸੇ ਨੇ ਪਰਿਵਾਰ ਹੀ ਨਹੀਂ ਪੁਲਿਸ ਵਾਲਿਆਂ ਨੂੰ ਵੀ ਚੱਕਰ 'ਚ ਪਾ ਰੱਖਿਆ, ਕਿਉਂਕਿ ਇਹ ਮੰਨਣ ਨੂੰ ਕੋਈ ਤਿਆਰ ਹੀ ਨਹੀਂ ਹੁੰਦਾ ਕਿ ਇੰਨੀ ਛੋਟੀ ਬੱਚੀ ਦੀ ਮੌਤ ਬਾਥਰੂਮ 'ਚ ਇਸ ਹਾਲਤ 'ਚ ਵੀ ਹੋ ਸਕਦੀ ਹੈ। ਸੱਚਾਈ ਕੀ ਹੈ ਇਹ ਤਾਂ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਚੱਲੇਗਾ, ਪਰ ਇੰਨਾ ਜ਼ਰੂਰ ਹੈ ਕਿ ਨਵਾਂ ਸਾਲ ਚੜ੍ਹਦੇ ਹੀ ਵਾਪਰੇ ਇਸ ਮੰਦਭਾਗੇ ਹਾਦਸੇ ਨੇ ਪਰਿਵਾਰ ਨੂੰ ਇੱਕ ਨਾ ਭੁੱਲਣ ਵਾਲੀ ਚੋਟ ਦਿੱਤੀ ਹੈ। ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।